ਮੇਰੇ ਤਮਾਮ ਦੋਸਤਾਂ ਨੂੰ, ਭਰਾਵਾਂ ਨੂੰ, ਉਸਤਾਦ ਆਸਫ ਲੋਹੜੀ ਦਾ ਅਸਲਾਮੁ ਅਲੈਕਮ। ਮੇਰੇ ਦੋਸਤੋ, ਤੁਸੀਂ ਮੇਰਾ ਯੂਟਿਊਬ ਚੈਨਲ ਦੇਖਦੇ ਪਏ ਹੋ, ਉਸਤਾਦ ਆਸਫ ਲੋਹੜੀ ਪ੍ਰੈਸ ਫੋਨ। ਮੇਰੇ ਚੈਨਲ 'ਤੇ ਮੇਰੇ ਦੋਸਤੋ, ਥਾਈਲੈਂਡ ਦਾ ਡਰਾ ਆ ਰਿਹਾ ਜਿਹੜਾ 16 ਤਰੀਕ ਨੂੰ, 16/8/2024 ਦਾ, ਉਹਦੇ ਵਾਸਤੇ ਮੈਂ ਗੈਸ ਲੈ ਕੇ ਆਇਆ ਜੀ। ਮੇਰੇ ਦੋਸਤੋ, ਮੇਰੇ ਚੈਨਲ 'ਤੇ ਸਫ਼ਾ, ਕਲੋਜ਼, ਸੈਂਟਰ, ਚੌਥਾ, ਪੰਜਵਾਂ ਅਤੇ ਛੇਵਾਂ ਫਿਗਰ, ਇਹਨਾਂ ਦੀਆਂ ਰੂਟੀਨਾਂ ਹੁੰਦੀਆਂ। ਉਸ ਤੋਂ ਇਲਾਵਾ ਮੈਂ ਸੈਕਿੰਡ ਦੀਆਂ ਰੂਟੀਨਾਂ ਦੱਸਣਾ ਵਾਂ, ਠੀਕ ਹੈ ਮੇਰੇ ਦੋਸਤੋ? ਮੇਰੇ ਚੈਨਲ ਨੂੰ ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ, ਬੈਲ ਵਾਲਾ ਬਟਨ ਲਾਜ਼ਮੀ ਦਬਾਇਆ ਕਰੋ, ਸਬਸਕ੍ਰਾਈਬ ਕਰਿਆ ਕਰੋ, ਮੇਰੀ ਵੀਡੀਓ ਪੂਰੀ ਦੇਖਿਆ ਕਰੋ, ਸਟਿਪ ਨਾ ਕਰਿਆ ਕਰੋ ਮੇਰੇ ਪਾਛੋ, ਤਾਂ ਕਿ ਤੁਹਾਨੂੰ ਸਮਝ ਲੱਗੇ ਜਿਹੜੀ ਚੀਜ਼, ਜਿਹੜੀ ਰੂਟੀਨ ਦੀ ਤੁਹਾਨੂੰ ਨਹੀਂ ਸਮਝ ਲੱਗਦੀ, ਵੋਇਸ ਕਰਕੇ ਪੁੱਛ ਲਿਆ ਕਰੋ। ਮੇਰਾ ਫਰਜ਼ ਹੈ ਤੁਹਾਨੂੰ ਦੱਸਣਾ ਵੀ ਇਹ ਰੂਟੀਨ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ। ਅੱਜ ਦਾ ਰੂਟ ਬੜਾ ਸ਼ਾਨਦਾਰ ਜੇ, ਔਰ ਰੂਟ ਦੀ ਤਰਫ ਚੱਲਦੇ ਹਾਂ। ਸਭ ਤੋਂ ਪਹਿਲੇ ਤਾਂ ਮੇਰੇ ਦੋਸਤੋ, ਗੱਲ ਹੈ ਜੇ ਆਹ ਜਿਹੜੀ ਚੀਜ਼ ਮੈਂ ਲੈ ਕੇ ਆਇਆ, ਇਹ 2024 ਦਾ ਪਹਿਲਾ ਥਾਈਲੈਂਡ ਦਾ ਡਰਾ ਹੋਇਆ, ਉਹਦੇ ਬਾਅਦ ਦੂਸਰੇ ਡਰਾ ਦਾ ਇੰਤਜ਼ਾਰ ਕਰਨਾ। ਦੇਖੋ, 62 ਲੱਗੀ ਪਹਿਲਾ ਜੋੜਾ, ਫਸਟ ਆ ਗਿਆ 62 ਦਾ ਯਕਮ 'ਤੇ, ਫਿਰ 10 ਲੱਗੀ 16 ਤਰੀਕ 'ਤੇ। ਇਹ 16/62 ਦਾ ਸਫ਼ਾ ਅਤੇ 10 ਦਾ ਕਲੋਜ਼, ਇਹਨਾਂ ਦਾ ਫਰਕ ਆਇਆ 6 ਦਾ ਦੋਨਾਂ ਦਾ। ਉਤਲਾ ਸਫ਼ਾ ਥੱਲੇ ਦਾ ਕਲੋਜ਼ ਦਾ ਫਰਕ ਆਇਆ 6 ਦਾ, 6 ਇੱਥੇ ਲੈਣਾ, ਠੀਕ ਹੈ ਮੇਰੇ ਦੋਸਤੋ? 6 ਲਾਇਓ ਤੁਸੀਂ, ਆ 6 ਚੋਂ ਇੱਕ ਦਾਣਾ ਘਟਾਓ, 5, 4 ਅਤੇ ਇਹਨਾਂ ਦੇ ਘਰ, ਇੱਥੋਂ ਕਲੋਜ਼ ਪੈਣਾ, ਠੀਕ ਹੈ ਮੇਰੇ ਦੋਸਤੋ? 10 ਦਾ ਸਫ਼ਾ ਇਕੱਲੀ ਦਾ ਸੀ, 1 ਦਾ ਸਫ਼ਾ ਰੱਖ ਲਓ ਇਕੱਲੀ ਦਾ, ਬਾਕੀ ਜੁੱਟ ਰੱਖ ਲਓ। ਇਹ 6 ਸਫ਼ੇ ਜੇ ਅਤੇ ਇਹ 6 ਕਲੋਜ਼ ਜੇ, ਇਹ 60 'ਚ ਲੱਗ ਕੇ ਗਿਆ। ਇਹ 6 ਨੰਬਰ ਸਫ਼ਾ ਆਇਆ, ਇਹ 0 ਦਾ ਕਲੋਜ਼ ਆਇਆ। ਉਤਲਾ ਸਫ਼ਾ 1, ਥੱਲੇ ਦਾ ਕਲੋਜ਼ 0, ਦੋਨਾਂ ਦਾ ਫਰਕ ਆਇਆ 1 ਦਾ, 1, 0, 9 ਅਤੇ ਇਹਨਾਂ ਦੇ ਘਰ, ਇਹ ਕਲੋਜ਼ 'ਚ। ਜੁੱਟ 'ਚ 6 ਦਾ ਸਫ਼ਾ, ਵਰਨਾ ਇਕੱਲੀ ਦਾ ਸਫ਼ਾ, ਠੀਕ ਹੈ ਮੇਰੇ ਦੋਸਤੋ? 36 ਜੋੜੇ ਬਣਦੇ ਜੇ, 36 ਜੋੜਿਆਂ ਦੇ ਵਿੱਚ ਜੋੜਾ ਲੱਗ ਕੇ ਜਾਣਾ ਸੀ, 94 ਪਾਸ ਹੋ ਗਏ। 9 ਦਾ ਓਪਨ ਲੱਗ ਗਿਆ, 4 ਨੰਬਰ ਕਲੋਜ਼ ਲੱਗ ਗਿਆ। ਇਹ 6 ਦਾ ਸਫ਼ਾ ਅਤੇ 4 ਦਾ ਕਲੋਜ਼ ਫਰਕ ਆਇਆ 2 ਦਾ, 2, 1, 0 ਅਤੇ ਇਹਨਾਂ ਦੇ ਘਰ ਕਲੋਜ਼ ਜੇ। ਜੁੱਟ ਦੇ, ਠੀਕ ਹੈ ਮੇਰੇ ਦੋਸਤੋ, ਇਕੱਲੀ ਦੇ ਵਿੱਚ 9 ਦਾ ਸਫ਼ਾ, ਵਰਨਾ ਜੁੱਟ ਦਾ ਸਫ਼ਾ ਲੱਗ ਕੇ ਜਾਣਾ ਮੇਰੇ ਦੋਸਤੋ। ਅੱਲਾ ਪਾਕ ਜ਼ਿੰਦਗੀ ਤੰਦਰੁਸਤੀ ਦੇਵੇ। ਜਿਹਦੇ 'ਚ 2 ਦਾ ਸਫ਼ਾ ਪਾਸ ਹੋ ਕੇ ਗਿਆ, 25 ਲੱਗ ਗਈ, ਠੀਕ ਹੈ, 5 ਨੰਬਰ ਕਲੋਜ਼ ਆਇਆ। ਉਤਲਾ ਸਫ਼ਾ 9 ਅਤੇ ਕਲੋਜ਼ 5, ਫਰਕ ਆਇਆ ਜੇ 4 ਦਾ, 4, 3, 2 ਅਤੇ ਇਹਨਾਂ ਦੇ ਘਰ, ਇੱਥੋਂ ਕਲੋਜ਼ ਲੱਗਣਾ ਜੇ। ਸਫ਼ਾ ਜੁੱਟ 'ਚ 2 ਆਏ ਦਾ, ਵਰਨਾ ਸਫ਼ਾ ਇਕੱਲੀ ਦਾ, ਜਿਹੜਾ ਮਰਜ਼ੀ ਪਸੰਦ ਕਰ ਲਓ। ਉਹਨੇ ਆ ਕੇ 9 ਨੰਬਰ ਸਫ਼ਾ ਲਾਇਆ ਅਤੇ ਇਹ 9 ਨੰਬਰ ਕਲੋਜ਼ ਲਾਇਆ, 99 ਪਾਸ ਹੋ ਗਏ। ਇਹ 2 ਦਾ ਸਫ਼ਾ ਅਤੇ ਇਹ 9 ਦਾ ਕਲੋਜ਼, ਫਰਕ ਆਇਆ ਜੇ 7 ਦਾ, 7, 6, 5 ਅਤੇ ਇਹਨਾਂ ਦੇ ਘਰ ਕਲੋਜ਼ ਸੀ। ਇਕੱਲੀ 'ਚ 9 ਦਾ ਸਫ਼ਾ, ਵਰਨਾ ਅੱਗੇ ਜੁੱਟ ਆਇਆ ਦਾ, 6 ਸਫ਼ੇ ਸੀ ਅਤੇ ਇਹ ਕਲੋਜ਼ ਸੀ। ਇੱਥੋਂ 8 ਦਾ ਸਫ਼ਾ ਲੱਗਾ ਅਤੇ 0 ਦਾ ਕਲੋਜ਼ ਆਇਆ, 80 ਪਾਸ ਹੋ ਗਈ। ਇਹ 9 ਦਾ ਸਫ਼ਾ ਅਤੇ 0 ਦਾ ਕਲੋਜ਼, ਫਰਕ ਆਇਆ 9 ਦਾ, 9, 8, 7 ਇਹਨਾਂ ਦੇ ਘਰਾਂ 'ਚੋਂ ਕਲੋਜ਼ ਲੱਗਣਾ ਜੇ। ਜੁੱਟ 'ਚ 8 ਦਾ ਸਫ਼ਾ ਜੇ, ਵਰਨਾ ਇਕੱਲੀ ਦੇ ਸਫ਼ੇ ਲਾਓ। ਇੱਥੋਂ 9 ਦਾ ਸਫ਼ਾ ਲੱਗਾ ਜੇ,
ਅਤੇ 4 ਦਾ ਕਲੋਦ ਲੱਗਾ 94 ਪਾਸ ਹੋ ਗਏ। ਇਹ 8 ਦਾ ਸਫ਼ਾ ਅਤੇ 4 ਦੇ ਕਲੋਦ ਦਾ ਫਰਕ ਆਇਆ 4 ਦਾ, 4, 3, 2 ਅਤੇ ਇਹਨਾਂ ਦੇ ਘਰ ਇੱਥੋਂ ਕਲੋਦ ਲੱਗਣਾ ਸੀ। ਸਫ਼ਾ ਇਕੱਲੀ ਦੇ ਵਿੱਚ 9 ਜੇ ਬੰਨਾ ਚੁੱਟ ਦਾ ਸਫ਼ਾ ਲੱਗੇਗਾ, ਇੱਥੋਂ ਇਕੱਲੀ ਦਾ ਸਫ਼ਾ 9 ਲੱਗ ਗਿਆ ਅਤੇ 8 ਨੰਬਰ ਕਲੋਦ ਲੱਗ ਗਿਆ, 98 ਪਾਸ ਹੋ ਗਏ। 9 ਦਾ ਸਫ਼ਾ ਜੇ ਅਤੇ 8 ਦਾ ਕਲੋਦ ਜੇ ਫਰਕ ਆਇਆ 1 ਦਾ, 1, 0, 9 ਅਤੇ ਇਹਨਾਂ ਦੇ ਘਰ ਇੱਥੋਂ ਕਲੋਦ ਲੱਗਣਾ ਸੀ। ਇਕੱਲੀ 'ਚ 9 ਦਾ ਸਫ਼ਾ ਬੰਨਾ ਚੁੱਟ ਦੇ ਸਫ਼ੇ ਜਿਹੜੇ ਮਰਜ਼ੀ ਲਾਓ। ਮੇਰੇ ਦੋਸਤੋ, ਇੱਥੋਂ ਡਰਾ ਲੱਗਾ, 2 ਦਾ ਸਫ਼ਾ ਲੱਗਾ ਅਤੇ 0 ਦਾ ਕਲੋਦ ਆਇਆ, 20 ਪਾਸ ਹੋ ਗਈ। ਠੀਕ ਹੈ ਮੇਰੇ ਦੋਸਤੋ, ਇਹ ਆ ਗਈ 20। ਠੀਕ ਹੈ, 20 ਪਾਸ ਹੋ ਗਈ। 98 ਦਾ ਸਫ਼ਾ ਅਤੇ 20 ਦਾ ਕਲੋਦ ਫਰਕ ਆਇਆ ਜੇ 9 ਦਾ, 9, 8, 7 ਅਤੇ ਇਹਨਾਂ ਦੇ ਘਰ ਇਹ ਕਲੋਦ ਸੀ। ਜੁੱਟ 'ਚ 2 ਦਾ ਸਫ਼ਾ ਬੰਨਾ ਇਕੱਲੀ ਦਾ ਸਫ਼ਾ ਖੇਡੋ ਜਿਹੜਾ ਮਰਜ਼ੀ। ਮੇਰੇ ਦੋਸਤੋ, 53 ਪਾਸ ਹੋ ਗਈ, ਇੱਥੋਂ 5 ਨੰਬਰ ਸਫ਼ਾ ਪਾਸ ਹੋਇਆ ਅਤੇ ਇਹ 3 ਨੰਬਰ ਕਲੋਦ ਪਾਸ ਹੋਇਆ। ਠੀਕ ਹੈ ਮੇਰੇ ਦੋਸਤੋ, ਇਹ 2 ਦਾ ਸਫ਼ਾ ਅਤੇ 3 ਦਾ ਕਲੋਦ ਫਰਕ ਆਇਆ 1 ਦਾ, 1, 0, 9 ਅਤੇ ਇਹਨਾਂ ਦੇ ਘਰਾਂ 'ਚੋਂ ਕਲੋਦ ਲੱਗਣਾ ਸੀ। ਇਕੱਲੀ 'ਚ 5 ਦਾ ਸਫ਼ਾ ਬੰਨਾ ਜੁੱਟ ਦਾ ਸਫ਼ਾ ਜਿਹੜਾ ਮਰਜ਼ੀ ਖੇਡੋ। ਮੇਰੇ ਦੋਸਤੋ, 51 ਲੱਗ ਗਏ, ਇੱਥੋਂ 5 ਦਾ ਸਫ਼ਾ ਪਾਸ ਹੋਇਆ, ਇੱਥੋਂ 1 ਦਾ ਕਲੋਦ ਪਾਸ ਹੋਇਆ। ਫਰਕ ਆਇਆ ਜੇ 4 ਦਾ, 5 ਦਾ ਸਫ਼ਾ, 1 ਦਾ ਕਲੋਦ ਫਰਕ ਆਇਆ, 4, 3, 2 ਅਤੇ ਇਹਨਾਂ ਦੇ ਘਰ ਇੱਥੋਂ ਲੱਗਣਾ ਸੀ ਕਲੋਦ। ਸਫ਼ਾ ਇਕੱਲੀ 'ਚ 5 ਆਇਆ ਤਾਂ ਬੰਨਾ ਜੁੱਟ ਦਾ ਸਫ਼ਾ ਸੀ, ਡਰਾ ਲੱਗ ਗਿਆ ਮੇਰੇ ਦੋਸਤੋ। 43 ਆਈ, ਇੱਥੋਂ 4 ਦਾ ਸਫ਼ਾ ਪਾਸ ਹੋਇਆ, ਇੱਥੋਂ 3 ਨੰਬਰ ਕਲੋਦ ਆਇਆ। ਇਹ 5 ਦਾ ਸਫ਼ਾ ਅਤੇ 3 ਦਾ ਕਲੋਦ ਫਰਕ ਆਇਆ 2 ਦਾ, 2, 1, 0 ਅਤੇ ਇਹਨਾਂ ਦੇ ਘਰਾਂ 'ਚੋਂ ਕਲੋਦ ਆਉਣਾ ਸੀ। ਜੁੱਟ 'ਚ 4 ਦਾ ਸਫ਼ਾ ਬੰਨਾ ਇਕੱਲੀ ਦਾ ਸਫ਼ਾ ਆਉਣਾ ਸੀ। ਮੇਰੇ ਦੋਸਤੋ, ਉੱਥੋਂ 3 ਨੰਬਰ ਸਫ਼ਾ ਆਇਆ ਅਤੇ 6 ਨੰਬਰ ਕਲੋਦ ਆਇਆ, 36 ਪਾਸ ਹੋ ਗਈ। ਇਹ 4 ਦਾ ਸਫ਼ਾ ਅਤੇ 6 ਦਾ ਕਲੋਦ ਫਰਕ ਆਇਆ 2 ਦਾ, 2, 1, 0 ਅਤੇ ਇਹਨਾਂ ਦੇ ਘਰਾਂ 'ਚੋਂ ਕਲੋਦ ਆਉਣਾ ਸੀ। ਇਕੱਲੀ 'ਚ 3 ਦਾ ਸਫ਼ਾ ਬੰਨਾ ਜੁੱਟ ਦਾ ਸਫ਼ਾ ਜਿਹੜਾ ਮਰਜ਼ੀ ਖੇਡੋ। ਮੇਰੇ ਦੋਸਤੋ, ਉਹਨੇ 4 ਦਾ ਸਫ਼ਾ ਲਾ ਕੇ ਅਤੇ 0 ਦਾ ਕਲੋਦ ਲਾ ਦਾ, 40 ਪਾਸ ਕਰਤੀ। ਅੱਜ 3 ਦਾ ਸਫ਼ਾ ਅਤੇ 0 ਦਾ ਕਲੋਦ ਦੇ ਫਰਕ ਹੈ 3 ਦਾ, 3, 2, 1 ਅਤੇ ਇਹਨਾਂ ਦੇ ਘਰ ਮੇਰੇ ਦੋਸਤੋ ਇੱਥੋਂ ਕਲੋਦ ਪੈਣਾ ਜੇ। ਜੁੱਟ 'ਚ 4 ਦਾ ਸਫ਼ਾ ਜੇ ਬੰਨਾ ਇਕੱਲੀ ਦਾ ਸਫ਼ਾ ਆਉਣਾ ਜੇ। ਇਹ ਮੈਂ ਲਿਖ ਦਿੱਤਾ, ਜੁੱਟ 'ਚ 4 ਦਾ ਸਫ਼ਾ ਬੰਨਾ ਇਕੱਲੀ ਦਾ ਸਫ਼ਾ, ਇਹ ਕਲੋਜ 1, 2, 3 ਅਤੇ 6, 7, 8 ਇਹ ਕਲੋਦ ਲੱਗਣੇ ਜੇ। ਐਸੀ ਵੀਡੀਓ, ਐਸੀ ਚੀਜ਼ ਕਿਸੇ ਕੋਲ ਨਹੀਂ ਤੁਹਾਨੂੰ ਨਜ਼ਰ ਆਏ, ਸਿਰਫ ਸਾਧ ਆਸਫ ਲੋਹੜੀ ਦੇ ਚੈਨਲ 'ਤੇ। ਮੇਰੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਕਰੋ, ਬੈਲ ਵਾਲਾ ਬਟਨ ਦਬਾਇਆ ਕਰੋ, ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਜਲਦੀ ਤੋਂ ਜਲਦੀ ਪਹੁੰਚੇ। ਅੱਛਾ ਜੀ ਮੇਰੇ ਦੋਸਤੋ, ਇਹ ਕਰੰਟ ਚੱਲਦਾ ਪਿਆ ਜੀ। ਅੱਲਾ ਪਾਕ ਤੁਹਾਨੂੰ ਜ਼ਿੰਦਗੀ ਤੰਦਰੁਸਤੀ ਦੇਵੇ। ਇਹ ਛੋਟੀ ਜਿਹੀ ਰੂਟੀਨ ਜੇ, ਕਰੰਟ ਚੱਲ ਰਹੀ ਜੇ। ਮੇਰੇ ਦੋਸਤੋ, ਸਭ ਪਹਿਲੇ ਸਵਾਲ ਹੈ ਜੇ 83 ਲੱਗੀ ਸੀ, ਇਹ ਜਿਹੜਾ ਸੈਂਟਰ ਸੀ ਨਾ, ਸੈਂਟਰ ਇਹਨੇ ਕਲੋਦ ਲੱਗਣਾ ਸੀ ਥੱਲੇ 43-4 'ਤੇ। ਇਹ 94-3 ਲੱਗੀ ਸੀ, ਹੁਣ ਸੈਂਟਰ ਜਿਹੜਾ ਲੱਗਾ ਸੀ ਨਾ ਉੱਤੇ ਪਾਉਣ ਦੇ, ਹੁਣ ਸਫ਼ਾ ਲੱਗਣਾ ਸੀ, ਸਫ਼ਾ ਲੱਗਾ। 98-0 ਦਾ ਜਿਹੜਾ ਸੈਂਟਰ ਸੀ, ਜ਼ਖਮ ਦਾ ਡਰਾ ਸੀ, ਇਹ ਕਲੋਦ ਲੱਗਣਾ ਸੀ, 40 ਲੱਗ ਗਈ। ਅੱਜ 20-5 ਦਾ ਸੈਂਟਰ 5 ਲੱਗਾ, ਅਜੇ ਇਹਦੇ ਥੱਲੇ ਡਰਾ ਜੇ, ਕਹਿੰਦਾ 5 ਨੰਬਰ ਦੇ ਸਫ਼ੇ 'ਤੇ ਗੌਰ ਕਰ ਲੈਣਾ। ਇਹ ਕਲੋਦ ਸਫ਼ਾ ਕਲੋਦ ਇਹ ਸਫ਼ੇ ਦੀ ਵਾਰੀ ਹੈ। 5 ਨੰਬਰ ਸਫ਼ੇ ਦੇ 50, 51, 52, 54, 55, 56, 57, 58, 59 ਇਹਨਾਂ ਜੋੜਿਆਂ 'ਤੇ ਜ਼ਰਾ ਮੇਰੇ ਦੋਸਤੋ ਗੌਰ ਕਰ ਲੈਣਾ। ਦੂਸਰਾ ਸਵਾਲ ਹੈ ਜੇ, ਪਿਛਲੇ ਸਾਲ ਲੱਗੇ ਸੀ 93-14, 16 ਤਰੀਕ 'ਤੇ ਫੋਰਕਾਸਟ, ਸੈਂਟਰ 'ਤੇ 4 ਦਾ ਫਰਕ ਆਇਆ ਜੇ,
ਤਿੰਨ ਦਾ, ਤਿੰਨ 'ਚੋਂ ਕੱਢ ਦਈਏ ਤਾਂ ਦੋ ਦਾ ਘਰ ਸੱਤ। ਦੋ ਸੱਤ ਦਾ ਫਿਗਰ ਜਾਂ ਸੈਂਟਰ ਲੱਗ ਸਕਦਾ ਜਾਂ ਚੌਥਾ ਲੱਗ ਸਕਦਾ। ਹੁਣ ਡਰਾ ਕੇ ਲਾ ਤਾ 55-79, 16 ਤਰੀਕ ਤੋਂ 16 ਤਰੀਕ ਸਿਰਫ 28 ਲਾਟਰੀ ਲਈ ਉਹਨੇ ਲਾ ਤਾ ਜੀ। ਫਰਕ ਆਇਆ 55-79 ਦਾ ਦੋ ਦਾ, ਦੋ 'ਚੋਂ ਇੱਕ ਕੱਢ ਦੇਵਾਂ ਤਾਂ ਇੱਕ ਦਾ ਘਰ 6। ਠੀਕ ਹੈ ਮੇਰੇ ਦੋਸਤੋ, ਇਹ 1-6 ਦਾ ਲਫ਼ਜ਼ ਸੈਂਟਰ ਜਾਂ ਚੌਥਾ ਲੱਗਣਾ ਸੀ। ਇਹਦੇ ਬਾਅਦ ਲੱਗਾ 16 ਤਰੀਕ ਤਾਂ 35-67, 6 ਨੰਬਰ ਚੌਥਾ ਲੱਗ ਗਿਆ। 35-67 ਫਰਕ ਜੇ ਇੱਕ ਦਾ ਬ੍ਰੋਕਰ ਦਾ, 1 'ਚ ਕੱਢਣਾ ਤਾਂ 0 ਦਾ ਘਰ 5। 0-5 ਦਾ ਫਿਕਰ ਸੈਂਟਰ ਜਾਂ ਚੌਥਾ ਲਾਉਣਾ ਸੀ। ਉਹਨੇ 10-59 ਲਾ ਤੀ, 5 ਨੰਬਰ ਸੈਂਟਰ ਲਾ ਤਾ। 59 ਦਾ ਫਰਕ 4 ਸੀ, ਘਟਾਵਾਂ ਤਾਂ 3-8 ਦਾ ਫਿਕਰ ਸੈਂਟਰ ਲਾਉਂਦਾ ਜਾਂ ਚੌਥਾ ਲਾਉਂਦਾ। ਉਹਨੇ ਆ ਕੇ ਲਾ ਤਾ 94-13। 13 ਦਾ ਫਰਕ 2 ਸੀ ਕੱਢਾਂ ਅਤੇ 1-6 ਦਾ ਫਿਗਰ ਸੈਂਟਰ ਲਾਉਂਦਾ ਜਾਂ ਚੌਥਾ ਲਾਉਂਦਾ। ਉਹਨੇ 99-76 ਲਾ ਤੀ। ਫਰਕ ਆਇਆ ਜੇ ਜਾਣੇ 6 ਨੰਬਰ ਚੌਥਾ ਲੱਗ ਗਿਆ। ਫਰਕ ਆਇਆ ਸੀ 1 ਦਾ, 1 'ਚ ਕੱਢਾਂ ਅਤੇ 0-5 ਦਾ ਫਿਗਰ ਸੈਂਟਰ ਲਾਉਂਦਾ ਜਾਂ ਚੌਥਾ ਲਾਉਂਦਾ। ਉਹਨੇ 94-35 ਲਾ ਤੀ। 35 ਦਾ ਫਰਕ 2 ਸੀ, 2 'ਚ ਕੱਢਾਂ ਅਤੇ 1-6 ਦਾ ਫਿਗਰ ਸੈਂਟਰ ਲਾਉਂਦਾ ਜਾਂ ਚੌਥਾ ਲਾਉਂਦਾ। ਉਹਨੇ 20-56 ਲਾ ਤੀ, 6 ਨੰਬਰ ਚੌਥਾ ਲਾ ਤਾ। 56 ਦਾ ਫਰਕ 1 ਸੀ, 1 'ਚੋਂ ਕੱਢਾਂ ਤਾਂ 0-5 ਦਾ ਲਫ਼ਜ਼ ਸੈਂਟਰ ਲਾਉਂਦਾ ਜਾਂ ਚੌਥਾ ਲਾਉਂਦਾ। ਉਹਨੇ 51-85 ਲਾ ਤੀ, 5 ਨੰਬਰ ਚੌਥਾ ਲਾ ਤਾ। ਇਹਦਾ ਫਰਕ ਆਇਆ ਜੇ 85 ਦਾ 3 ਦਾ, 3 'ਚੋਂ ਕੱਢਾਂ 2-7 ਦਾ ਫਿਗਰ ਸੈਂਟਰ ਲਾਉਂਦਾ ਜਾਂ ਚੌਥਾ ਲਾਉਂਦਾ। ਮੇਰੇ ਬਾਅਦ 'ਚੋਂ 36-73 ਤੇ ਖਲੋਤਾ ਹੈ ਜੀ। 73 ਦਾ ਫਰਕ 4 ਜੇ ਘਟਾਵਾਂ ਤਾਂ 3-8 ਦਾ ਫਿਗਰ ਜਿਹੜਾ ਨਾ ਹਿੰਸਾ, ਉਹ ਕਹਿੰਦਾ ਜਾਂ ਸੈਂਟਰ ਲਾ ਲੈਣਾ ਜਾਂ ਚੌਥਾ ਲਾ ਲੈਣਾ। ਮੇਰੇ ਦੋਸਤੋ, ਮੈਂ ਬੜੀ ਅੱਛੀ ਚੀਜ਼ ਬਣਾਈ ਜੇ ਅੱਲਾ ਤਾਲਾ ਤੁਹਾਨੂੰ ਜ਼ਿੰਦਗੀ ਤੰਦਰੁਸਤੀ ਦੇਵੇ। ਇਹ 16 ਤਰੀਕ ਦਾ ਡਰਾ 28 ਲਾਟਰੀ ਲਈ ਮੈਂ ਗੈਸ ਲੈ ਕੇ ਆਇਆ ਸਾਂ। ਠੀਕ ਹੈ ਮੇਰੇ ਦੋਸਤੋ, ਤੁਹਾਨੂੰ ਮੇਰਾ ਗੈਸ ਕੈਸਾ ਲੱਗਦਾ ਵੋਇਸ ਕਰਕੇ ਜ਼ਰੂਰ ਦੱਸਿਆ ਕਰੋ। ਔਰ ਜਿਹਦੀ ਰੂਟੀਨ ਦੀ ਨਾ ਸਮਝ ਲੱਗੇ ਮੇਰੇ ਦੋਸਤੋ, ਠੀਕ ਹੈ, ਵੋਇਸ ਕਰਕੇ ਪੁੱਛ ਸਕਦੇ ਹੋ। ਆਪਣੀਆਂ ਦੁਆਵਾਂ 'ਚ ਹਮੇਸ਼ਾ ਯਾਦ ਰੱਖਣਾ, ਅੱਲਾ ਪਾਕ ਸਭ ਨੂੰ ਜ਼ਿੰਦਗੀ ਤੰਦਰੁਸਤੀ ਦੇਵੇ। ਸਾਰੇ ਦੋਸਤਾਂ ਭਰਾਵਾਂ ਨੂੰ ਉਸਤਾਦ ਆਸਫ ਲੋਹੜੀ ਦਾ ਅਸਲਾਮੁਅਲੈਕਮ।